1008 ਏਕੜ ਜਿਹੜੀ ਜ਼ਮੀਨ ਹੈ ਉਹ ਛਡਾਈ ਹੈ। ਅੱਜ ਤੁਹਾਨੂੰ ਇਸ ਕਰਕੇ ਸੱਦਿਆ ਕਿ ਕੱਲ ਬੀਤੇ ਕੱਲ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਨੇ ਟਵੀਟ ਕਰਕੇ ਬਿਆਨ ਦੇ ਕੇ ਲੋਕਾਂ ਨੂੰ ਅਪੀਲ ਕੀਤੀ ਸੀਗੀ ਕਿ ਉਹ 31 ਮਈ ਤੱਕ ਆਪਣੀਆਂ ਜ਼ਮੀਨਾਂ ਜਿਹੜੀਆਂ ਉਹ ਛੱਡ ਦੇਣ, ਨਹੀਂ ਤੇ ਪਾਲਾ ਖਰਚਾ ਵੀ ਪਊਗਾ, ਪਲਚਾ ਵੀ ਪਊਗਾ। ਸੋ ਉਹਦਾ ਅਸਰ ਵੀ ਹੋਇਆ, ਪਹਿਲਾਂ ਵੀ ਅਸੀਂ ਬਹੁਤ ਅਪੀਲਾਂ ਕੀਤੀਆਂ, ਬਹੁਤ ਪੰਜਾਬ ਦੇ ਵਿੱਚ ਅਸਰ ਹੈ, ਬਹੁਤ ਲੋਕਾਂ ਦੇ ਕਾਲ ਆ ਰਹੇ ਕਿ ਅਸੀਂ ਜ਼ਮੀਨਾਂ ਛੱਡਣ ਲਈ ਤਿਆਰ ਹੈ। ਸੋ ਅੱਜ ਇੱਕ ਪਿੰਡ ਹੈ ਜਿਹੜਾ ਬਲਾਕ ਸਲੰਗ ਦੇ ਵਿੱਚ ਸਲੈਰੀ ਪਿੰਡ ਹੈ, ਸਲੈਰੀ ਕਲਾਂ, ਸਲੈਰੀ ਕਲਾਂ, ਉੱਥੋਂ ਦੇ ਸਾਰੇ ਪਿੰਡ ਨੇ ਜਿਹੜੀ ਪੰਜਾਬ ਦੇ ਹਿੱਤਾਂ ਦੀ ਗੱਲ ਹੈ, ਸਾਰੇ ਪਿੰਡ ਨੇ ਫੈਸਲਾ ਕਰਕੇ 417 ਏਕੜ ਜ਼ਮੀਨ ਸੀਗੀ ਜਿਹੜੀ ਉਹਨਾਂ ਨੇ ਅੱਜ ਸਾਡੇ ਹਵਾਲੇ ਕੀਤੀ ਹੈ। ਮੈਂ ਉੱਥੇ ਮੌਕਿਆਂ ਤੇ ਗਿਆ ਸੀਗਾ, ਮੇਰੇ MLA ਸਾਹਿਬ ਨਾਲ ਔਰ ਸਾਡੇ ਜ਼ਿਲ੍ਹੇ ਦੇ ਸਾਰੇ ਅਫਸਰ ਫਤਿਹਗੜ੍ਹ ਸਾਹਿਬ ਦੇ ਉੱਥੇ ਨਾਲ ਮੌਜੂਦ ਸੀਗੇ ਔਰ ਅਸੀਂ ਉਹਨਾਂ ਦਾ ਸਨਮਾਨ ਵੀ ਕੀਤਾ, ਉਹਨਾਂ ਨੂੰ ਬਹੁਤ ਸਤਿਕਾਰ ਦੇ ਕੇ ਆਏ ਹਾਂ। ਔਰ ਸੱਚੀ ਗੱਲ ਇਹ ਬਹੁਤ ਵੱਡੀ ਗੱਲ ਹੈ ਕਿ ਪਿੰਡ ਨੇ ਫੈਸਲਾ ਕੀਤਾ ਤੇ ਪੰਜਾਬ ਦੇ ਹਿੱਤਾਂ ਲਈ। ਮੈਨੂੰ ਅੱਜ ਲੱਗਾ ਕਿ ਜਿੱਦਾਂ ਬਹੁਤ ਕੋਸ਼ਿਸ਼ਾਂ ਹੋਈਆਂ ਪੰਜਾਬ ਨੂੰ ਮਾਰ ਦੀ ਔਰ ਜਿੱਦਾਂ ਦੇ ਪੰਜਾਬੀ ਪੰਜਾਬ ਚ ਵੱਸਦੇ ਆ, ਮੈਨੂੰ ਉਸ ਪਿੰਡ ਚ ਜਾ ਕੇ ਮੈਂ ਖੁਦ ਵੀ ਜਜ਼ਬਾਤੀ ਹੋ ਗਿਆ ਕਿ ਲੋਕ ਪੰਜਾਬ ਦਾ ਕਿੰਨਾ ਪਿਆਰ ਕਰਦੇ ਆ, ਪੰਜਾਬ ਸਦਾ ਜਿੰਦਾ ਰਹੂਗਾ। ਪੰਜਾਬ ਨੂੰ ਕਈ ਵਾਰ ਦੇਖਣ ਦੀ ਕੋਸ਼ਿਸ਼ ਕੀਤੀ ਹੈ ਪਰ ਪੰਜਾਬੀ ਵਾਰ ਵਾਰ ਇਹਨੂੰ ਉਠਾ ਲੈਂਦੇ ਆ, ਹੁਣ ਵੀ ਪੰਜਾਬ ਉੱਠੂਗਾ ਪ੍ਰਵਰਤਮਾਨ ਜੀ ਦੀ ਗਵਾਈ ਦੇ। ਔਰ ਹੋਰ ਵੀ ਖੁਸ਼ੀ ਦੀ ਗੱਲ ਹੋਈ, ਦਬਾਬੇ ਦੇ ਅੰਦਰ ਇੱਕ ਬਹੁਤ ਵੱਡੇ ਆਲੂਆਂ ਦੇ ਜਿਹੜੇ ਪੈਦਾ ਕਰਦੇ ਆਲੂਆਂ ਦੇ ਵਪਾਰੀ ਕਹਿ ਲਓ, ਪੈਦਾਵਾਰ ਕਰਨ ਵਾਲੇ ਕਹਿ ਲਓ, ਸਰਦਾਰ ਗੁਰਮੇਲ ਸਿੰਘ ਜੀ, ਉਹਨਾਂ ਦੇ ਕੋਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਉਹਨਾਂ ਦਾ ਪਿੰਡ ਜਿਹੜਾ ਪੱਤੀ ਪਿੰਡ ਹੈ ਬਲਾਕ ਪੂਹ ਦੇ ਵਿੱਚ, ਸਾਡੇ 35 ਏਕੜ ਦਫ਼ਤਰ ਜਾ ਕੇ ਦੇ ਕੇ ਗਏ, ਇੱਥੇ ਆ ਕੇ ਦੇ ਕੇ ਗਏ ਮੈਨੂੰ, ਕਿਹਾ ਲਓ ਜੀ ਸਾਡੇ ਕੋਲ 35 ਏਕੜ ਜ਼ਮੀਨ ਸੀਗੀ। ਉਹਨਾਂ ਨੇ ਹੱਸਦਿਆਂ ਕਿਹਾ ਕਿ ਸਾਡੇ ਕੋਲ ਹੋਰ ਵੀ ਹੈਗੀ, ਉਹ ਵੀ ਤੁਹਾਨੂੰ ਛੱਡ ਦਿਆਂਗੇ ਅਸੀਂ, ਕਿਉਂਕਿ ਆਲੂਆਂ ਦੀ ਬਹੁਤ ਵੱਡੀ ਪੈਦਾਵਾਰ ਕਰਦੇ ਆ ਦੁਆਬੇ ਦੇ ਵਿੱਚ, ਕਈ ਹਜ਼ਾਰਾਂ ਏਕੜ ਉਹਨਾਂ ਦੇ ਆਲੂ ਪੈਦਾ ਕਰਦੇ ਹੋ, 35 ਏਕੜ ਉਹ ਦੇ ਕੇ ਗਏ। ਇਹ ਤੋਂ ਲੱਗਦਾ ਕਿ ਮਾਨ ਸਾਹਿਬ ਦੀ ਅਪੀਲ ਦਾ ਪੰਜਾਬ ਦੇ ਲੋਕਾਂ ਤੇ ਅਸਰ ਹੋਣਾ ਜਿਹੜਾ ਸ਼ੁਰੂ ਹੋ ਗਿਆ ਔਰ ਪੰਜਾਬੀ ਪੰਜਾਬ ਨੂੰ ਬਚਾਉਣ ਵਾਸਤੇ ਅੱਗੇ ਆਏ। ਸੋ 35 ਏਕੜ ਉਹ, ਸੋ ਅਸੀਂ ਮਤਲਬ ਜਿਹੜਾ 1008 ਏਕੜ ਅੱਜ ਤੱਕ ਜਿਹੜੀ ਹੈ ਉਹ ਜ਼ਮੀਨ ਜਿਹੜੀ ਛਡਾਈ ਹੈ। ਬਹੁਤ ਸਾਰੇ ਮੀਡੀਆ ਦੇ ਮਿੱਤਰ ਵੀ ਪੁੱਛ ਲੈਂਦੇ ਆ ਕਿ ਤੁਹਾਡੇ ਹਿਸਾਬ ਨਾਲ ਇਹ ਪ੍ਰੋਪਰਟੀ ਕਿੰਨੇ ਕੁ ਦੀ ਹੈ, ਇਹਦਾ ਰੇਟ ਕੀ ਹੈ। ਸੋ ਅਸੀਂ ਮਹਿਕਮੇ ਨੇ ਜਿੰਨੀ ਹੁਣ ਤੱਕ ਜ਼ਮੀਨ ਛਡਾਈ ਹੈ, ਸਾਡੇ ਕੋਲ ਕਈ ਏਦਾਂ ਦੇ ਕਿੱਲੇ, ਕਈ ਏਕੜ ਏਦਾਂ ਦੀ ਜ਼ਮੀਨ ਹੈ ਜਿੱਥੇ 4 ਕਰੋੜ ਵੀ ਏਕੜ ਦਾ ਰੇਟ ਹੈ, ਕਈਆਂ ਥਾਵਾਂ ਦੇ 3 ਕਰੋੜ ਵੀ ਹੈ, ਕਈਆਂ ਥਾਵਾਂ ਦੇ 20 ਲੱਖ ਵੀ ਹੈ, 15 ਲੱਖ ਵੀ ਹੈ। ਪਰ ਅਸੀਂ ਅੰਦਾਜ਼ਾ ਦੇ ਐਸਟੀਮੇਟ ਕੱਢਿਆ ਸਾਰਾ, ਅਸੀਂ 30 ਲੱਖ ਦੇ ਹਿਸਾਬ ਦੇ ਨਾਲ ਅਸੀਂ ਮਤਲਬ ਹਿਸਾਬ ਲਾਉਂਦੇ ਕਿ ਅੱਜ ਤੱਕ ਅਸੀਂ 302 ਕਰੋੜ ਦਾ ਜਿਹੜੀ ਪ੍ਰੋਪਰਟੀ ਹੈ ਸਰਕਾਰ ਦੇ ਹਵਾਲੇ ਕੀਤੀ ਹੈ, ਪੰਚਾਇਤੀ ਰਾਜ ਦੇ ਹਵਾਲੇ ਹੋਈ ਹੈ ਔਰ ਇਹ ਬਹੁਤ ਵੱਡੀ ਪ੍ਰਾਪਤੀ ਹੈ। ਔਰ ਤਲਾਸ਼ ਦੀ ਪੰਜਾਬ ਕੀ ਹੈ ਕਿ ਬਹੁਤ ਸਾਰੀਆਂ ਜ਼ਮੀਨਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਸਿਆਸਤਦਾਨਾਂ ਦੀ ਰਹਿਨਮਾਈ ਦੇ ਉਹਨਾਂ ਦੀ ਮਤਲਬ ਜਿਹੜੀ ਅਗਵਾਈ ਦੇ ਹੇਠ ਮਤਲਬ ਕਬਜ਼ੇ ਹੋਏ, ਉਹਨਾਂ ਨੇ ਆਪਣੇ ਅਮੈਟੀਆਂ ਨੂੰ ਪਿੰਡਾਂ ਦੇ ਅੰਦਰ ਸਰਪੰਚਾਂ ਦੇ ਆਪਣੇ ਵੋਟਾਂ ਨਾਲ ਵੀ ਕਬਜ਼ੇ ਕਰਾਏ ਔਰ ਜੇ ਉਹਨਾਂ ਨੇ ਕਬਜ਼ੇ ਕਰਾਏ ਆ ਤੇ ਅੱਜ ਇਹ ਲਹਿਰ ਜਿਹੜੀ ਪੰਜਾਬ ਵਿੱਚ ਚੱਲੀ ਹੈ। ਫਿਰ ਸੱਚੀ ਗੱਲ ਦੇ ਅਗਲੇ ਹਫ਼ਤੇ ਅਸੀਂ ਜੇ ਇਹਦਾ ਅੰਦਾਜ਼ਾ ਕੱਢਦੇ ਹਾਂ ਵੀ 100 ਏਕੜ ਦੋ ਹਜ਼ਾਰ ਤੱਕ ਚੜਾਇਆ, ਪਰ ਮੈਨੂੰ ਪੂਰਨ ਆਸ ਹੈ ਕਿ ਜਿਹੜੀ ਅਗਲੇ ਹਫ਼ਤੇ ਦੀ ਸਾਡੀ ਆਮਦਨ ਹੋਊਗੀ ਜਿੰਨਾ ਅਸੀਂ ਪਲਾਨ ਕੀਤਾ
ਕਿਉਂਕਿ ਸਾਨੂੰ ਥੋੜਾ ਜਿਹਾ ਇਸ ਗੱਲ ਦਾ ਵੀ ਕਰਦਾ ਪਿਆ ਕਿ ਦੋ ਤਿੰਨ ਦਿਨ ਤਿੰਨ ਚਾਰ ਦਿਨ ਸਾਡੇ ਪਟਵਾਰੀ ਵੀਰ ਜਿਹੜੇ ਆ ਉਹ ਹੜਤਾਲ ਤੇ ਚਲੇ ਗਏ। ਬਾਅਦ ਵਿੱਚ ਤਹਿਸੀਲਦਾਰ ਸਾਹਿਬ ਵੀ ਹੜਤਾਲ ਤੇ ਚਲੇ ਗਏ। ਉਹਦੇ ਕਰਕੇ ਸਾਡਾ ਥੋੜਾ ਟਾਈਮ ਖਰਾਬ ਹੋ ਗਿਆ ਕਿਉਂਕਿ ਅਸੀਂ ਜਦੋਂ ਵੀ ਜਿੱਥੇ ਵੀ ਜਾਂਦੇ ਸਾਡੀ 100% ਕੋਸ਼ਿਸ਼ ਆ ਕਿ ਅਸੀਂ ਕੋਈ ਵੀ ਗਲਤ ਕੰਮ ਨਹੀਂ ਕਰਨਾ। ਆਪਣੇ ਉਸ ਇਲਾਕੇ ਦੇ SDM ਸਾਹਿਬ ਨੂੰ, ਤਹਿਸੀਲਦਾਰ ਸਾਹਿਬ ਨੂੰ, ਪਟਵਾਰੀ ਸਾਹਿਬ ਨੂੰ ਨਾਲ ਲੈ ਕੇ ਜਾਂਦੇ ਹਾਂ। ਸਾਡਾ ਮਹਿਕਮਾ ਹੁੰਦਾ ਹੀ ਆ, BDO, DDPO, ਸੈਕਟਰੀ ਵਗੈਰਾ ਦੇ ਸਾਰੇ ਹੁੰਦੇ ਹੀ ਆ, ਪਰ ਮਾਂ ਡਿਪਾਰਟਮੈਂਟ ਜਾਣਾ ਚਾਹੀਦਾ। ਸੋ ਤਿੰਨ ਚਾਰ ਦਿਨ ਵਜੇ ਸਾਡੇ ਵਿੱਚੋਂ ਉਹ ਸਾਡਾ ਥੋੜਾ ਨੁਕਸਾਨ ਹੋਇਆ, ਪਰ ਅਗਲੇ ਹਫ਼ਤੇ ਮੈਨੂੰ ਲੱਗਦਾ ਕਿ ਸਾਡੀ ਆਮਦਨ ਜਿਹੜੀ ਆ ਉਹ 200 ਏਕੜ ਪਰ ਡੇ ਨੂੰ ਪਾਰ ਕਰੂਗੀ। ਜਿੰਨੇ ਲੋਕਾਂ ਦੇ ਸਾਨੂੰ ਜਿਹੜੇ ਸੁਨੇਹੇ ਆ ਸੁਨੇਹੇ ਜਿਹੜੇ ਆਏ ਆ, ਇੱਕ ਵਾਰ ਮੈਂ ਫਿਰ ਤੁਹਾਡੇ ਥਰੂ ਮੀਡੀਆ ਦੇ ਥਰੂ ਹੱਥ ਜੋੜ ਕੇ ਪੰਜਾਬੀਆਂ ਨੂੰ ਬੇਨਤੀ ਕਰਦਾ, ਮਾਨਸਾ ਵੱਲੋਂ ਬੇਨਤੀ ਕਰਦਾ, ਸਰਦਾਰ ਭਗਵੰਤ ਸਿੰਘ ਜੀ ਮਾਨਸਾ ਵੱਲੋਂ ਆਪਣੇ ਵੱਲੋਂ ਬੇਨਤੀ ਕਰਦਾ ਪੰਜਾਬੀਆਂ ਨੂੰ ਕਿ ਪੰਜਾਬ ਤੁਹਾਡਾ ਹੈ, ਪੰਜਾਬ ਕਿਸੇ ਹੋਰ ਦਾ ਨਹੀਂ ਹੈ, ਪੰਜਾਬ 10 ਗੁਰੂਆਂ ਦੀ ਧਰਤੀ ਹੈ, ਪੰਜਾਬ ਬਾਬੇ ਦੀਪ ਸਿੰਘ ਦਾ, ਬੰਦੇ ਬਹਾਦਰ ਜੀ ਦਾ ਪੰਜਾਬ ਹੈ, ਪੰਜਾਬ ਸ਼ਹੀਦ ਭਗਤ ਸਿੰਘ ਦਾ, ਪੰਜਾਬ ਸ਼ਹੀਦ ਊਧਮ ਸਿੰਘ ਦਾ, ਕਰਤਾਰ ਸਰਾਭੇ ਦਾ, ਗਦਰੀ ਬਾਬਿਆਂ ਦਾ, ਬੱਬਰ ਅਕਾਲੀਆਂ ਦਾ, ਇਹ ਪੰਜਾਬ ਤੁਹਾਡਾ, ਪੰਜਾਬ ਨੂੰ ਬਚਾਉਣਾ ਤੁਹਾਡੀ ਡਿਊਟੀ ਹੈ। ਮੈਂ ਸਾਰੇ ਪੰਜਾਬੀਆਂ ਦਾ ਧੰਨਵਾਦ ਕਰਦਾ ਕਿ ਤੁਸੀਂ 20 ਫਰਵਰੀ ਨੂੰ ਬਹੁਤ ਵੱਡਾ ਫਤਵਾ ਦਿੱਤਾ, 92 MLA ਜਿਤਾ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਣਾਈ ਹੈ, ਉਹ ਸਹਿਯੋਗ ਤੁਹਾਡਾ ਨਾ ਭੁੱਲਣ ਯੋਗ ਹੈ, ਬਟ ਹੁਣ ਫਿਰ ਤੁਹਾਡੇ ਸਹਿਯੋਗ ਦੀ ਲੋੜ ਹੈ ਕਿਉਂਕਿ ਪੰਜਾਬ ਨੂੰ ਜਿਹੜਾ ਰਾਹ ਦੇ ਲਿਆਉਣਾ, ਲੀਹ ਦੇ ਲਿਆਉਣਾ, ਨਾ ਤੇ ਕੱਲੇ ਮਾਨਸਾ ਦੇ ਵੱਸ ਦੀ ਗੱਲ ਹੈ, ਨਾ ਕੱਲੇ ਸਾਡੇ MLA ਜਾਂ ਮੰਤਰੀਆਂ ਦੇ ਵੱਸ ਦੀ ਗੱਲ ਹੈ, ਜੇ ਪੂਰਾ ਪੰਜਾਬ ਇੱਕਜੁੱਟ ਹੋ ਕੇ ਮਾਨਸਾ ਦੀ ਅਗਵਾਈ ਦੇ ਵਿੱਚ ਲੱਗ ਜਾਊਗਾ, ਆਪਾਂ ਦੁਬਾਰਾ ਫਿਰ ਜਿੱਦਾਂ ਮਾਨ ਸਾਹਿਬ ਕਹਿੰਦੇ ਆ ਕਿ ਪੰਜਾਬ ਨੂੰ ਪੰਜਾਬ ਬਣਾਉਣਾ, ਉਹ ਪੰਜਾਬ ਅਸੀਂ ਜਲਦੀ ਬਣਾਵਾਂਗੇ। ਉਹ ਤਾਂ ਹੀ ਬਣੂਗਾ ਜੇ ਸਾਰੇ ਪੰਜਾਬੀ ਸਾਡੇ ਨਾਲ ਸਹਿਯੋਗ ਕਰਨ। ਮੇਰੀ ਬੇਨਤੀ ਹੈ ਕਿ ਜਿਹੜੇ ਵੀ ਪੰਜਾਬੀ ਭਰਾਵਾਂ ਕੋਲ ਕਿਤੇ ਵੀ ਜ਼ਮੀਨ ਹੈ ਉਹ ਆਪਣੀ ਜ਼ਮੀਨ ਨੂੰ ਛੱਡ ਦੇਣ। 31 ਤੋਂ ਬਾਅਦ ਮਾਨ ਸਾਹਿਬ ਨੇ ਕੱਲ੍ਹ ਅਨਾਊਂਸ ਕਰ ਹੀ ਦਿੱਤਾ ਕਿ ਜਿਹੜਾ ਨਹੀਂ ਛੱਡੂਗਾ ਉਹ ਤੇ ਪਿਛਲਾ ਖਰਚਾ ਵੀ ਪਊਗਾ, ਕਾਨੂੰਨੀ ਤੌਰ ਤੇ ਪਰਚਾ ਵੀ ਹੋਊਗਾ। ਸੋ ਮੇਰੀ ਬੇਨਤੀ ਹੈ ਕਿ ਅਸੀਂ ਪਰਚਾ ਨਹੀਂ ਕਰਨਾ ਚਾਹੁੰਦੇ, ਖਰਚਾ ਨਹੀਂ ਪਾਉਣਾ ਚਾਹੁੰਦੇ। 31 ਮਈ ਤੱਕ ਸਭ ਨੂੰ ਬੇਨਤੀ ਹੈ ਕਿ ਜਿਸ ਕੋਲ ਵੀ ਇਹ ਸਰਕਾਰੀ ਜ਼ਮੀਨ ਹੈ ਉਹ ਆਪਣੇ ਆਪ ਜਿਹੜਾ ਛੱਡ ਦੇ, ਆਪੇ ਆ ਕੇ ਸਾਨੂੰ ਦੇਵੇ, ਅਸੀਂ ਉਹਨਾਂ ਦਾ ਪੂਰਾ ਮਾਨ ਸਨਮਾਨ ਕਰਾਂਗੇ। ਅੱਜ ਵੀ ਮੈਂ ਪੂਰੇ ਪਿੰਡ ਦਾ ਉੱਥੇ ਮਾਨ ਸਨਮਾਨ ਕਰਦੇ ਹਾਂ, ਬਟਗੜ੍ਹ ਸਾਹਿਬ ਸਭ ਪਿੰਡ ਦਾ, ਪਹਿਲੀ ਦੇ ਵਿੱਚ ਖਿਲਾਰ ਕੇ ਪਿੰਡ ਦੇ ਸਰਪੰਚ ਬਲਜੀਤ ਸਿੰਘ ਦਾ, ਉਹਦੀ ਪੂਰੀ ਟੀਮ ਦਾ, ਉਦੋਂ ਦਾ ਬੰਦੇ ਨੇ ਕੀ ਕਿਹਾ ਤੁਸੀਂ ਹੈਰਾਨ ਹੋ ਜਾਓਗੇ, ਮੈਂ ਖੁਦ ਇਸ ਵਾਰਤੀ ਹੋ ਗਿਆ। 1904 ਦਾ ਕਬਜ਼ਾ ਸੀ ਉਹਨਾਂ ਦਾ, 1904 ਦਾ ਕਹਿੰਦੇ ਸਾਡੇ ਦਾਦੇ ਪੜਦਾਦਿਆਂ ਦੀ ਜ਼ਮੀਨ ਸੀਗੀ ਜਿਹੜੀ ਅਸੀਂ ਛੱਡ ਰਹੇ ਹਾਂ, ਪਰ ਅਸੀਂ ਭੁੱਖੇ ਨਾ ਮਰੀਏ, ਸਾਡੇ ਕੋਲ ਇਹੀ ਰੁਜ਼ਗਾਰ ਦਾ ਸਾਧਨ ਹੈ। ਔਰ ਮੈਂ ਉਹਨਾਂ ਨੂੰ ਆਫਰ ਦੇ ਕੇ ਆਇਆ ਕਿ ਤੁਸੀਂ ਕੱਲ੍ਹ ਸਾਡੇ ਅਫਸਰ ਆਉਣਗੇ, ਅਸੀਂ ਤੁਹਾਨੂੰ ਜਾਇਜ਼ ਲੀਜ਼ ਦੇ ਉੱਤੇ ਦੁਬਾਰਾ ਇਹੀ ਜ਼ਮੀਨ ਦੇਣ ਲਈ ਤਿਆਰ ਹੈ। ਜੇ ਕਿਸੇ ਦੇ ਅੱਗੇ ਜਾ ਕੇ ਅਸੀਂ ਅਫਸਰ ਸਾਹਿਬਾਨਾਂ ਦੇ ਨਾਲ ਆਪਣੀ ਇੱਕ ਪ੍ਰਪੋਜ਼ਲ ਤਿਆਰ ਕਰ ਰਹੇ ਹਾਂ ਕਿ ਕੁਝ ਜ਼ਮੀਨਾਂ ਇੱਦਾਂ ਦੀਆਂ ਜਿਹੜੀਆਂ ਛਡਾਈਆਂ ਵੀ ਜਾ ਸਕਦੀਆਂ ਪਰ ਵੇਚੀਆਂ ਜਾ ਸਕਦੀਆਂ, ਉਹਦੇ ਲਈ ਇੱਕ ਪਾਲਿਸੀ ਅਸੀਂ ਤਿਆਰ ਕਰਾਂਗੇ ਕਿ ਜਿਹੜੀ ਜਿਹੜੀ ਪ੍ਰੋਪਰਟੀ ਵੇਚਣ ਵਾਲੀ ਹੋਊਗੀ ਉਹਨੂੰ ਅਸੀਂ ਵੇਚਾਂਗੇ। ਪਰ ਜਿਹੜੇ ਲੋਕ ਆਪ ਆਉਣਗੇ, ਜਿਹੜੇ ਆਪ ਛੱਡਣਗੇ, ਉਹਨਾਂ ਨੂੰ ਬਿਲਕੁਲ ਜਾਇਜ਼ ਰੇਟਾਂ ਦੇ ਉੱਤੇ, ਬਿਲਕੁਲ ਜਾਇਜ਼ ਰੇਟਾਂ ਦੇ ਉੱਤੇ ਲੀਜ਼, ਜਾਇਜ਼ ਰੇਟਾਂ ਦੇ ਉੱਤੇ ਪ੍ਰਾਈਸ, ਉਹ ਜਿਹੜੀ ਅਸੀਂ ਦਾਂਗੇ। ਸੋ ਮੇਰੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ, ਹੱਥ ਜੋੜ ਕੇ ਬੇਨਤੀ ਹੈ, ਯਾਰ ਪੰਜਾਬ ਤੁਹਾਡਾ, ਇਸ ਪੰਜਾਬ ਨੂੰ ਆਓ ਸਾਰੇ ਜਾਣੇ ਆਪਾਂ ਬਚਾਈਏ। ਜਿਸ ਜਿਸ ਦੇ ਕੋਲ ਵੀ ਕੋਈ ਵੀ ਜ਼ਮੀਨ ਹੈ ਉਹ ਸਾਰੇ ਜਾਣੇ ਛੱਡ ਦਈਏ। ਇਹੀ ਬੇਨਤੀ ਮੈਂ ਅੱਜ ਮੀਡੀਆ ਦੇ ਥਰੂ ਜਿਹੜੀ ਉਹ ਕਰਨੀ ਚਾਹੁੰਦਾ ਸੀਗਾ, ਔਰ ਮੈਂ ਦੱਸਣਾ ਚਾਹੁੰਦਾ ਸੀ ਜਦੋਂ ਕਿਤੇ ਜੋਤ ਪਿਆ ਮਾਨ ਸਾਹਿਬ ਨੂੰ ਵੀ ਮੈਂ ਅਪੀਲ ਕੀਤੀ ਹੈ ਕਿ ਜਿੱਦਾਂ ਅੱਜ ਵਾਲੇ ਪਿੰਡ ਵਾਲਿਆਂ ਨੇ ਸਾਡੀ ਹੈਲਪ ਕੀਤੀ ਹੈ, ਮੈਨੂੰ ਕਹਿੰਦੇ ਜਿੱਥੇ ਇੱਕ ਹੋਸਪਿਟਲ ਚਾਹੀਦਾ, ਮੈਂ ਉੱਥੇ ਅਨਾਊਂਸ ਕਰਕੇ ਆਇਆ ਬਿਲਕੁਲ ਮਹਿਕਮਾ ਪਸ਼ੂ ਪਾਲਣ, ਉਸ ਪਿੰਡ ਦੇ ਵਿੱਚ ਇੱਕ ਹੋਸਪਿਟਲ ਵੀ ਬਣਾਵਾਂਗੇ। ਉਸ ਪਿੰਡ ਦੇ ਪਾਣੀ ਦਾ ਨਿਕਾਸੀ ਵੱਧ ਰਹੀ ਹੈ, ਉਸ ਪਿੰਡ ਦੇ ਵਿੱਚ ਉਹ ਵੀ ਕਰਾਂਗੇ। ਪਰ
ਪਿੰਡਾਂ ਨੂੰ ਕਿਹਾ ਕਿ ਜੋ ਤੁਸੀਂ ਕਹੋਗੇ ਉਹ ਤੁਹਾਡੇ ਪਿੰਡ ਦੀ ਮਾਨ ਸਾਹਿਬ ਦੀ ਸਰਕਾਰ ਕਰੂਗੀ ਕਿਉਂਕਿ ਤੁਸੀਂ ਪੂਰੇ ਪੰਜਾਬ ਨੂੰ ਪੂਰੇ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਕਿ ਪੂਰਾ ਪਿੰਡ ਹੀ ਜ਼ਮੀਨ ਦੇਣ ਲਈ ਤਿਆਰ ਹੋ ਗਿਆ। ਇਹ ਕੋਈ ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਹੈ। ਸੋ ਅੱਬਾ ਜਿਹੜੇ ਵੀ ਪਿੰਡ ਇੱਦਾਂ ਕਰਨਗੇ ਉਹਨਾਂ ਪਿੰਡਾਂ ਦਾ ਵਿਸ਼ੇਸ਼ ਤੌਰ ਤੇ ਜਿਹੜਾ ਵਿਕਾਸ ਵੀ ਕਰਾਂਗੇ, ਉਹਨਾਂ ਦਾ ਮਾਨ ਸਨਮਾਨ ਵੀ ਕਰਾਂਗੇ। ਮੈਂ ਤੁਹਾਡੇ ਥਰੂ ਇੰਨੇ ਕੁਝ ਮਤਲਬ ਕਹਿਣਾ ਚਾਹੁੰਦਾ ਸੀਗਾ। ਇੱਕ ਹੋਰ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਸੀਗਾ, ਅਸੀਂ ਫੈਸਲਾ ਕੀਤਾ ਸੀਗਾ ਆਪਣੇ ਮਹਿਕਮੇ ਤੋਂ, ਇੱਕ ਅਸੀਂ ਮਹਿਕਮੇ ਦਾ ਸ਼ਾਨਦਾਰ ਸੈੱਲ ਜਿਹੜਾ ਉਹ ਤਿਆਰ ਕੀਤਾ। ਸਾਡੇ ਇੱਕ ਡਿਪਟੀ ਡਾਇਰੈਕਟਰ ਜਗਵਿੰਦਰਜੀਤ ਸਿੰਘ ਜੀ, ਉਹਨਾਂ ਨੂੰ ਇਹਦਾ ਹੈੱਡ ਬਣਾਇਆ, ਉਹਨਾਂ ਦੇ ਨਾਲ ਇੱਕ DDPO, ਤਿੰਨ BDO ਲਾਏ ਆ, 5 ਮੈਂਬਰੀ ਇੱਕ ਸੈੱਲ ਸਥਾਪਿਤ ਕੀਤਾ। ਇਹ ਹੀ ਕੰਮ ਕਰੂਗਾ, ਇੱਕ ਤੇ ਜ਼ਮੀਨਾਂ ਜਿਹੜੀਆਂ ਉਹ ਲੋਕੇਟ ਕੀਤੀਆਂ ਜਾਣਗੀਆਂ ਵੀ ਕਿੱਥੇ ਕਿੱਥੇ ਆ, ਕਿੱਥੇ ਕਿੱਥੇ ਉਹਦਾ ਮਤਲਬ ਪਿਆ, ਕਿੱਥੇ ਕਿੱਥੇ ਇੰਤਕਾਲ ਨਹੀਂ ਗਈ, ਕਦੋਂ ਹੀ ਨਹੀਂ ਗਈ। ਜਿਹੜਾ ਪੰਚਾਇਤੀ ਰਾਜ ਦਾ ਮਾਲਕੀ ਡਾਟਾ ਜਿਹੜਾ ਇਹ ਸਾਡਾ ਸ਼ਰਮਲਾਤੀ ਸੈੱਲ ਜਿਹੜਾ ਉਹ ਸਾਰਾ ਇਕੱਠਾ ਕਰੂਗਾ, ਕਿਉਂਕਿ ਇਹਦੇ ਵੀ ਕਈ ਚੀਜ਼ਾਂ ਸਾਡੇ ਮਤਲਬ ਉਹ ਕੰਟਰੋਲ ਚ ਨਹੀਂ ਆਈਆਂ ਬਾਹਰ ਦੇ, ਜਿਹਨਾਂ ਦਾ ਪਤਾ ਨਹੀਂ ਲੱਗਦਾ। ਸੋ ਇੱਕ ਤੇ ਇਹ ਆ, ਦੂਜਾ ਇਹ ਜਿਹੜਾ ਅਦਾਲਤੀ ਪ੍ਰਕਿਰਿਆ, ਸਾਡੀਆਂ ਜ਼ਮੀਨਾਂ ਦੇ ਬਹੁਤ ਸਾਰੇ ਕੇਸ ਜਿਹੜੇ ਆ ਉਹ ਹਾਈਕੋਰਟ ਦੇ ਵਿੱਚ ਨੇ, ਕੁਛ ਇੱਦਾਂ ਦੇ ਵੀ ਆ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਨੇ, ਕੁਛ ਇੱਦਾਂ ਦੇ ਆ ਜਿਹੜੇ ਸਾਡੇ DDPO ਸਾਹਿਬ ਦੀਆਂ ਕੋਰਟਾਂ ਦੇ ਵਿੱਚ ਨੇ। ਸਾਡਾ ਸੈੱਲ ਜਿਹੜਾ ਸਾਰੀ ਅਦਾਲਤੀ ਪ੍ਰਕਿਰਿਆ ਜਿੱਥੇ ਵੀ ਲੋੜ ਹੋਊਗੀ ਚੰਗੇ ਵਕੀਲਾਂ ਦੀ ਵਕੀਲ ਕਰਾਂਗੇ। ਇਹ ਸੈੱਲ ਨੂੰ ਪੂਰੀ ਡਿਊਟੀ ਦਿੰਦੀ ਹੈ ਕਿ ਤੁਸੀਂ ਇਹ ਕੰਮ ਜਿਹੜਾ ਉਹ ਕਰਨਾ। ਇਹ ਮਤਲਬ ਜਿਹੜਾ ਮਤਲਬ ਕੇਸਾਂ ਦੇ ਨਾਲ ਸੰਬੰਧਿਤ ਚੀਜ਼ਾਂ ਇਹ ਬਹੁਤ ਜ਼ਿਆਦਾ ਸੀਗੀਆਂ। ਸੋ ਤੁਹਾਨੂੰ ਅਜੇ ਹੀ ਅੰਦਾਜ਼ੇ ਨਹੀਂ ਦੱਸਦੇ ਸਾਡੇ ਕੋਲ ਜਿਹੜੇ ਅੰਕੜੇ ਸੀਗੇ 2010 ਦੇ ਵਿੱਚ ਇੱਕ ਵਾਰ ਮਹਿਕਮੇ ਦੇ ਟੋਟਲ ਸਰਵੇ ਜਿਹੜਾ ਕੀਤਾ ਸੀਗਾ। ਪਰ ਅਗਲੇ ਦਿਨਾਂ ਦੇ ਵਿੱਚ ਸਾਡੀ ਇਹ ਜਦੋਂ ਸੈੱਲ ਹੁਣ ਕੱਲ੍ਹ ਤੋਂ ਸਟਾਰਟ ਕਰੂਗਾ ਆਪਣਾ ਕੰਮ, ਤੇ ਅਸੀਂ ਤੁਹਾਨੂੰ ਕੁਝ ਇਹ ਵੀ ਦੱਸਾਂਗੇ ਕਰੈਕਟ ਜਿਹੜੀਆਂ ਮਤਲਬ ਫਿਗਰਸ ਜਾਣਗੇ ਕਿ ਕਿੰਨੀ ਜ਼ਮੀਨ ਹੈ, ਕਿੰਨੀ ਜਿਹੜੀ ਪਈ ਆ, ਕਿੰਨੀ ਸਕੂਲਾਂ ਦੇ ਥੱਲੇ ਆ, ਕਿੰਨੀ ਜਿਹੜੀ ਮਹਿਲਾ ਦੇ ਨਾਲ ਪਈ ਆ, ਕਿੰਨੀ ਕਿਤੇ ਸ਼ਮਸ਼ਾਨ ਘਾਟਾਂ ਦੀ ਆ, ਕਿੰਨੀ ਵਾਈ ਚੌਕ ਆ, ਕਿੰਨੀ ਕਮਰਸ਼ੀਅਲ ਆ, ਕਿੰਨੀ ਸਾਡੇ ਕੋਲ ਆ, ਕਿੰਨੀ ਕਬਜ਼ੇ ਦੇ ਥੱਲੇ ਆ। ਇਹ ਸੈੱਲ ਦੀ ਡਿਊਟੀ ਲਾਈ ਆ, ਪੂਰਾ ਇੱਕ ਰੂਮ ਜਿਹੜਾ ਕੰਟਰੋਲ ਰੂਮ ਬਣਾਵਾਂਗੇ। ਔਰ ਕੱਲ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਇੱਕ ਪ੍ਰੈਸਾ ਦਾ ਨੰਬਰ ਵੀ ਜਿਹੜਾ ਜਾਰੀ ਕਰਨਗੇ, ਉਹ ਲੋਕਾਂ ਨੂੰ ਅਪੀਲ ਕਰਨਗੇ ਕਿ ਇਸ ਵਟਸਐਪ ਨੰਬਰ ਦੇ ਉੱਤੇ ਤੁਸੀਂ ਆਪਣੇ ਰੇਲਵੇ ਜਿਹੜੇ ਆ ਉਹ ਦਓ। ਔਰ NLIVਾਂ ਨੇ ਸਾਡਾ ਬਹੁਤ ਸਹਿਯੋਗ ਕੀਤਾ, ਕਰ ਰਹੇ ਆ NLIV, ਬਾਹਰੋਂ ਬੈਠੇ ਸਾਨੂੰ ਤਾਨਾ ਕਰ ਰਹੇ ਆ ਕਿ ਸਾਡੇ ਪਿੰਡ ਵਿੱਚ ਇੰਨੀ ਸਕੀਮ ਹੈ ਜੀ, ਇੱਥੇ ਇੰਨੀ ਹੈ ਜੀ, ਇੱਥੇ ਆਹ ਵੀ ਸ਼ਨਾਓ ਜੀ, ਇੱਥੇ ਆਹ ਫਲਾਣੇ ਦੇ ਮੱਲੀ ਆ। ਸੋ NLIVਾਂ ਨੂੰ ਫਿਰ ਬੇਨਤੀ ਹੈ ਕਿ ਤੁਸੀਂ ਅੱਗੇ ਆਓ, ਅੱਗੇ ਆਉਣਾ ਉਹਨਾਂ ਦੀ ਡਿਊਟੀ ਵੀ ਆਪਣੇ ਪੰਜਾਬ ਤੋਂ ਦੀ, ਪੰਜਾਬ ਉਹਨਾਂ ਦਾ, ਪੰਜਾਬ ਉਹਨਾਂ ਦੇ ਵਾਸੀਆਂ ਦਾ, ਪੰਜਾਬ ਵਿੱਚ ਪੜ੍ਹ ਕੇ ਗਏ, ਜਿੰਨਾ ਗਲੀਆਂ ਚ ਖੇਡ ਕੇ ਗਏ, ਇਹ ਉਹਨਾਂ ਦੀਆਂ ਗਲੀਆਂ, ਉਹਨਾਂ ਦੇ ਪਿੰਡ ਦੇ, ਉਹਨਾਂ ਦੀਆਂ ਜ਼ਮੀਨਾਂ, ਉਹਨਾਂ ਨੂੰ ਵੀ ਜਿੱਥੇ ਜਿੱਥੇ ਪਤਾ ਕਿ ਕਿਤੇ ਫਲਾਣੇ ਦੀ ਜ਼ਮੀਨ ਮੱਲੀ ਆ, ਉਹ ਵੀ ਸਾਨੂੰ ਇਸੇ ਨੰਬਰ ਦੇ ਉੱਤੇ ਜਿਹੜਾ ਕੱਲ CM ਸਾਹਿਬ ਨੰਬਰ ਅਨਾਊਂਸ ਕਰਨਗੇ, ਉਸ ਨੰਬਰ ਦੇ ਉੱਤੇ ਜਿਹੜਾ ਵਟਸਐਪ ਸਾਰੇ ਪੰਜਾਬ ਦੇ ਲੋਕ ਜਿਹੜਾ ਕਰ ਸਕਦੇ ਆ ਕਿ ਕਿੱਥੇ ਜ਼ਮੀਨ ਪਈ ਆ, ਕਿਹੜੇ ਕਾਗਜ਼ ਨੇ, ਉਹ ਸਾਰੀਆਂ ਚੀਜ਼ਾਂ ਕੱਲ ਮਾਨ ਸਾਹਿਬ ਖੁਦ ਮਤਲਬ ਜਿਹੜਾ ਆਪ ਤੋਂ ਵਟਸਐਪ ਨੰਬਰ ਜਿਹੜਾ ਉਹ ਜਾਰੀ ਕਰਨਗੇ। ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਪੁੱਛ ਸਕਦੇ।